ਹੈਲੋ ਫਰੈਂਡਸ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਮਰਸੀਬਲ ਮੋਟਰ ਨਿਊ ਮੋਟਰ ਨੂੰ ਤੁਸੀਂ ਕਿਸ ਤਰ੍ਹਾਂ ਚੇਂਜ ਕਰ ਸਕਦੇ ਹੋ ਪੁਰਾਣੀ ਮੋਟਰ ਨੂੰ ਕੱਢ ਕੇ ਨਵੀਂ ਮੋਟਰ ਕਿਸ ਤਰ੍ਹਾਂ ਚੇਂਜ ਕਰ ਸਕਦੇ ਹੋ ਤੁਹਾਡੇ ਸਾਹਮਣੇ ਨਿਊ ਪੈਕਿੰਗ ਖੋਲ ਦਿੱਤੀ ਗਈ ਹੈ ਸਭ ਤੋਂ ਪਹਿਲਾਂ ਆਪਾਂ ਇਹਦੇ ਕਵਰ ਨੂੰ ਓਪਨ ਕਰਾਂਗੇ ਇਹ ਜੋ ਪਲਾਸਟਿਕ ਦੇ ਉੱਪਰ ਟੱਕਣ ਲੱਗੇ ਆ ਇਹਨੂੰ ਆਪਾਂ ਚਾਰ ਨਟ ਇਹਦੇ ਖੋਲ ਕੇ ਇਹ ਪੱਕਾ ਉਹ ਰੋਪਣ ਕਰਾਂਗੇ ਫਿਰ ਇਸ ਤੋਂ ਬਾਅਦ ਇਸ ਦੇ ਵਿੱਚ ਪਾਣੀ ਪਾਇਆ ਜਾਊਗਾ ਦੋਸਤੋ ਖਿਆਲ ਰੱਖਣਾ ਕਿ ਜਦ ਵੀ ਮੋਟਰ ਨਵੀਂ ਪਾਓ ਤਾਂ ਉਹਦੇ ਵਿੱਚ ਪਾਣੀ ਜ਼ਰੂਰ ਪਾ ਲਓ ਨਹੀਂ ਤਾਂ ਤੁਹਾਡੀ ਮੋਟਰ ਸੜ ਸਕਦੀ ਹੈ ਤੁਸੀਂ ਦੇਖ ਸਕਦੇ ਹੋ ਇਹਦੇ ਦੋ ਸਕਰੂ ਖੋਲ ਕੇ ਇਹਦੇ ਵਿੱਚ ਤੁਹਾਨੂੰ ਪਾਣੀ ਪਾਇਆ ਜਾਊਗਾ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਪਾਣੀ ਭਰ ਚੁੱਕਾ ਫਿਰ ਦੁਬਾਰਾ ਫਿਰ ਸਕਰੂ ਦੁਬਾਰਾ ਟਾਈਟ ਕਰ ਦਿੰਨੇ ਦੁਬਾਰਾ ਤੋਂ ਫਿਰ ਸਕਰੂ ਲਾ ਦਿਓ ਤਾਂ ਜੋ ਮੋਟਰ ਦੇ ਵਿੱਚ ਕੋਈ ਕਚਰਾ ਵਗੈਰਾ ਨਾ ਜਾਏ ਇਸ ਦੇ ਉੱਪਰ ਮੁੜ ਕੇ ਪੰਪ ਤੁਸੀਂ ਰੱਖੋਗੇ ਉੱਪਰ ਪੰਪ ਸੈੱਟ ਕਰਕੇ ਚਾਰੋਂ ਨਟ ਟਾਈਟ ਕਰ ਦਿੰਨੇ ਆ ਚਾਰੋਂ ਨਟਾਂ ਨੂੰ ਤੁਸੀਂ ਕਲਾਸ ਦੀ ਮਦਦ ਨਾਲ ਚਾਬੀ ਦੀ ਮਦਦ ਨਾਲ ਟਾਈਟ ਕਰ ਸਕਦੇ ਹੋ ਉਸ ਤੋਂ ਬਾਅਦ ਇਹਨੂੰ ਡਿਲੀਵਰੀ ਨੂੰ ਕੱਸਿਆ ਜਾ ਰਿਹਾ ਨਾਲ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਡਿਲੀਵਰੀ ਨੂੰ ਤੁਸੀਂ ਚੰਗੀ ਤਰ੍ਹਾਂ ਟਾਈਟ ਕਰ ਲਿਓ ਇਸ ਤੋਂ ਅਗਲਾ ਸੈਟਅਪ ਇਹਦਾ ਮੇਨ ਕੇਬਲ ਤਾਰ ਲਾਉਣ ਦਾ ਜੋੜ ਹੋਇਆਗਾ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਮੋਟਰ ਨੂੰ ਬੋਰ ਦੇ ਵਿੱਚ ਛੁੱਟਿਆ ਜਾ ਬੋਰ ਦੇ ਵਿੱਚ ਪਾਇਆ ਗਿਆ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਫਿਟਿੰਗ ਨਿਊ ਮੋਟਰ ਦੀ ਫਿਟਿੰਗ ਕਰ ਦਿੱਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਇਸ ਨੂੰ ਹੁਣ ਆਪਣਾ ਪਾਣੀ ਦੀ ਸਪਲਾਈ ਦੇ ਨਾਲ ਜੋੜ ਦੇਵਾਂਗੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਸੇ ਤਰ੍ਹਾਂ ਦੀਆਂ ਤੁਹਾਨੂੰ ਟੈਕਨੀਕਲ ਨੌਲੇਜ ਵਾਸਤੇ ਵੀਡੀਓ ਤੁਹਾਨੂੰ ਇਸ ਚੈਨਲ ਤੇ ਮਿਲਦੀਆਂ ਰਹਿਣਗੀਆਂ